ਤਰਨਤਾਰਨ ਦੇ ਕਸਬਾ ਮਾਨੋਚਾਹਲ ਦੇ ਗੁਰਦੁਆਰਾ ਜੋਗੀ ਪੀਰ ਸਾਹਿਬ ਵਿਖੇ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਅੱਗ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਅਗਨ ਭੇਟ ਅਤੇ ਪੰਜ ਸਰੂਪਾਂ ਦੇ ਬਾਹਰਲੇ ਅੰਗ ਹੋਏ ਅਗਨ ਭੇਟ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਪਹੁੰਚਿਆ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਗੁਰਦੁਆਰਾ ਜੋਗੀ ਪੀਰ ਸਾਹਿਬ ਵਿਖੇ ਅੱਜ ਸਵੇਰੇ ਤੜਕੇ 3:30 ਵਜੇ ਦੇ ਕਰੀਬ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਚੰਦੋਆ ਸਾਹਿਬ ਨੂੰ ਅੱਗ ਲੱਗ ਗਈ, ਜਿਸ ਕਾਰਨ ਚੰਦੋਆ ਸਾਹਿਬ ਦੇ ਥੱਲੇ ਪਏ ਗੁਰੂ ਗ੍ਰੰਥ ਸਾਹਿਬ ਜੀ ਦੇ 10 ਸਰੂਪਾਂ ਨੂੰ ਅੱਗ ਪੈ ਗਈ, ਜਿਸ ਕਾਰਨ ਪੰਜ ਸਰੂਪ ਅਗਨ ਭੇਟ ਹੋ ਗਏ ਅਤੇ ਪੰਜ ਸਰੂਪ ਦੇ ਬਾਹਰਲੇ ਅੰਗ ਸੜ ਗਏ। ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ, ਜਿਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਅਣਗਹਿਲੀ ਵਰਤਣ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ। ਕਾਫੀ ਨੁਕਸਾਨ ਗਏ ਤੇ ਪੰਜ ਜਿਹੜੇ ਆ ਉਹਨਾਂ ਦੇ ਬਾਹਰੀ ਅੰਗ ਨੇ, 10 ਜਾਨੀ ਕਿ ਪਵਨ ਸਰੂਪ ਨੇ ਸਤਿਗੁਰਾਂ ਦੇ, ਤੇ ਉਹ ਨੁਕਸਾਨ ਗਏ ਆ। ਹੁਣ ਇਹਦੇ ਆਉਣ ਡੇ ਨੇ ਸਾਰੇ ਸਿੰਘ, ਹੁਣ ਵੇਖ ਕੇ ਸਾਰਾ ਕਲੀਅਰ ਕਰਦੇ ਹਾਂ ਵੀ ਇੱਥੇ ਕੀ ਆ, ਕਿਉਂਕਿ ਇੱਥੇ ਸਾਨੂੰ ਇਹ ਸ਼ੱਕ ਆ ਕਿ ਜਦੋਂ ਪਿਛਲੇ ਦਿਨ ਇੱਥੇ ਕੋਈ ਝਗੜਾ ਵੀ ਚੱਲਦਾ ਵਾ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਇਹਦਾ ਕੀ ਕਾਰਨ ਆ? ਮੰਨ ਲਓ ਕਿ ਜੇ ਕੱਲ੍ਹ ਦੀ ਘਟਨਾ ਹੋਈ ਆ, ਇਹਨਾਂ ਨੇ ਛੁਪਾਉਣ ਦਾ ਯਤਨ ਕੀਤਾ ਪਿੰਡ ਵਾਲਿਆਂ ਨੇ, ਫਿਰ ਇਹਨਾਂ ਨੇ ਚੌਂਕੀ ਇੰਚਾਰਜ ਇੱਥੇ ਆਇਆ, ਚੌਂਕੀ ਇੰਚਾਰਜ ਨੂੰ ਲਿਖ ਕੇ ਦਿੱਤਾ ਕਿ ਇੱਕੋ ਪਵਨ ਸਰੂਪ ਦਾ ਬਾਹਰੀ ਨੁਕਸਾਨ ਹੋਇਆ, ਤੇ ਇਹ ਗੱਲ ਜਿਹੜੀ ਆ ਉਹ ਸ਼ੱਕ ਦੇ ਵੱਲ ਨੂੰ ਜਾਂਦੀ ਹੈ ਕਿ ਇੱਥੇ ਜੇ ਨੁਕਸਾਨ ਹੋਇਆ ਤਾਂ ਕਿਉਂ ਇਹਨਾਂ ਨੇ ਛੁਪਾਇਆ ਕਿਉਂ? ਇਸ ਚੱਕਰ ਚ ਆਏ ਸਾਰੇ ਸਿੰਘ ਜੀ ਅਸੀਂ। ਹੁਣ ਕਿਹਦੀ ਗਲਤੀ ਮੰਨਦੇ ਤੁਸੀਂ ਸਾਹਿਬ? ਗਲਤੀ ਤਾਂ ਜਿਹੜੀ ਪ੍ਰਬੰਧਕ ਕਮੇਟੀ ਆ ਜਾਂ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਆ ਤੇ ਇਹਨਾਂ ਦੀ ਪ੍ਰਬੰਧਕ ਕਮੇਟੀ ਦੀ ਅਣਗਹਿਲੀ ਆ, ਇਹਨਾਂ ਦੀ ਕਾਰਨ ਹੈ ਜੀ। ਪੜਨ ਯੋਗ ਹੈਗੇ ਹੁਣ ਇਸ ਵੇਲੇ? ਨਹੀਂ ਜੀ, ਜਿਹੜੇ ਪ੍ਰਕਾਸ਼ ਕਰਨ ਯੋਗ ਨਹੀਂ ਰਹੇ। ਕਿੰਨੇ ਨਹੀਂ ਹੈਗੇ ਪ੍ਰਕਾਸ਼ ਕਰਨ ਯੋਗ? 5-10 ਹੀ ਮਹਾਰਾਜ ਪਵਨ ਸਰੂਪ ਜਿਹੜੇ ਉਹ ਪ੍ਰਕਾਸ਼ ਕਰਨ ਯੋਗ ਨਹੀਂ ਜੀ। ਨਹੀਂ ਨਹੀਂ, ਤੁਸੀਂ ਕੋਈ ਚਾਹੁੰਦੇ ਇਹਨਾਂ 'ਤੇ ਕੋਈ ਕਾਰਵਾਈ ਹੋਵੇ? ਬਿਲਕੁਲ ਜੀ ਬਿਲਕੁਲ, ਇਹਨਾਂ ਦਾ ਜਿਹੜਾ ਵਾ ਉਹ ਜਿਹੜੀ ਇਹਨਾਂ ਦੇ ਪਾਏ ਜਾਂਦੇ ਆ ਦੋਸ਼ੀ, ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਇਸ ਮੌਕੇ ਸਦਰ ਥਾਣੇ ਤੋਂ ਮੌਕੇ ਤੇ ਪਹੁੰਚੇ SHO ਜਸਪਾਲ ਸਿੰਘ ਦਾ ਕਹਿਣਾ ਹੈ ਕਿ ਇਸ ਸੰਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਕਾਰਵਾਈ ਕੀਤੀ ਜਾਵੇਗੀ। ਸਵੇਰੇ ਸਾਡੇ ਕੋਲ ਇਤਲਾਹ ਆਈ ਸੀਗੀ ਵੀ ਗੁਰਦੁਆਰੇ ਸ਼ਾਰਟ ਸਰਕਟ ਹੋਇਆ, ਜਿਹਦੇ ਕਰਕੇ ਇੱਕ ਸਰੂਪ ਨੂੰ ਨੁਕਸਾਨ ਥੋੜ੍ਹਾ ਪਹੁੰਚਿਆ ਜਿਲਦ ਨੂੰ, ਅਤੇ ਅਗਲੀ ਲੱਗੀ ਸ਼ਾਰਟ ਸਰਕਟ ਲੱਗੀ ਹੈ। ਉਹਦੇ ਮੇਰੇ ਚੌਂਕੀ ਚਾਰਜ ਮਾਨੋਚਾਲ ਪਹੁੰਚੇ ਸੀਗੇ, ਉਹਨਾਂ ਦੇਖਿਆ, ਉਹਨਾਂ ਪ੍ਰਬੰਧਕਾਂ ਨੇ ਇੱਕ ਗੂਗਲ ਸਰਚ ਦਿਖਾਇਆ ਸੀਗਾ ਅਤੇ ਜਿਹਦੀ ਜਿਲਦ ਨੂੰ ਨੁਕਸਾਨ ਪਹੁੰਚਿਆ ਸੀਗਾ, ਉਹਨਾਂ ਦੇਖ ਦੱਸਿਆ ਵੀ ਸ਼ਾਰਟ ਸਰਕਟ ਨਾਕ ਲੱਗੀ ਹੈ ਅਤੇ ਕੋਈ ਇਸ਼ੂ ਨਹੀਂ ਸੀਗਾ। ਹੁਣ ਬਾਅਦ 'ਚ ਕਲੀਅਰ ਹੋਇਆ ਵੀ ਇਹ ਜਿਹੜੇ ਸ਼ਾਰਟ ਸਰਕਟ ਹੋਇਆ ਕੱਲ੍ਹ ਦਾ ਹੋਇਆ ਹੈ ਔਰ 10 ਰੂਪਾਂ ਨੂੰ ਤਕਰੀਬਨ ਨੁਕਸਾਨ ਪਹੁੰਚਿਆ। ਉਹ ਸ਼੍ਰੋਮਣੀ ਕਮੇਟੀ ਵਾਲੇ ਵੀ ਆਏ ਆ, ਹੋਰ ਵੀ ਜਥੇਬੰਦੀਆਂ ਆਈਆਂ ਨੇ ਅਤੇ ਸਾਡੇ ਕੋਲ ਧਿਆਨ 'ਚ ਆ ਗਿਆ, ਉਹਦੀ ਪੜਤਾਲ ਕਰ ਰਹੇ ਹਾਂ। ਜੋ ਪੜਤਾਲ ਕਰਨ ਤੋਂ ਬਾਅਦ ਜੇ ਕੋਈ ਬਣਦੀ ਹੋਊ ਕਾਰਵਾਈ ਕਰਾਂਗੇ ਜੇ ਕਿਸੇ ਦਾ। ਤਰਨਤਾਰਨ ਤੋਂ ਹਰਜਿੰਦਰ ਗੱਬੜ, ਜੀਵੇ ਪੰਜਾਬ ਟੀਵੀ।